सत श्री अकाल पीडीसी न्यूज़ देखने वाले सारे दर्शकों का स्वागत है। मैं हाँ तुहाडे नाल कावी बब्बर ते शुरुआत करदे हां खास पेशकश माझा मालवा दुआबा दी, पर सब तो पहला नज़र मारांगे मालवा खेतर दीआं खबरां दा। जिला संगरूर इन्हां दिनी धरनिआं दा गढ़ बन गया है, क्योंकि यह मुख्यमंत्री दा शहर है अते उन्हां दी रिहायश इत्थे ही है। अज एक बार फिर शहर दे विच पंजाब भर तों आए डीपू होल्डर्स ने अपनियां हक्की मंगां नूं लैके शहर दा महावीर चौंक जाम कीता। इस मौके मुजाहराकारी डीपू होल्डरां ने कहा है कि जदों सूबे दे विच आम आदमी पार्टी दी सरकार बनी सी तां सी कि उन्हां दीआं मुश्किलां हल होणगीआं, पर इत्थे उल्टा ही हो रिहा है, क्योंकि बहुत जल्द 18,000 डीपू होल्डर्स बेरोजगार ਹੋਣ ਜਾ ਰਹੇ, ਪਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਵੀ ਨਹੀਂ ਹੈ। ਨਾਲ ਹੀ ਉਹਨਾਂ ਨੇ ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜੇ ਕੀਤੇ ਨੇ ਅਤੇ ਕਿਹਾ ਹੈ ਕਿ ਆਏ ਦਿਨ ਸ਼ਰਾਰਤੀ ਅੰਸਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਹੁਣ ਤੱਕ ਇੰਝ ਜਾਪ ਰਿਹਾ ਕਿ ਸੂਬੇ ਦੇ ਵਿੱਚ ਆਮ ਆਦਮੀ ਸੁਰੱਖਿਅਤ ਨਹੀਂ ਹੈ। ਪੰਜਾਬ ਵੱਲੋਂ ਡੀਪੂ ਹੋਲਡਰ ਇਕੱਠੇ ਹੋਏ ਆ ਭਗਵੰਤ ਮਾਨ ਦੇ ਬਰਖਲਾਫ। ਬਰਖਲਾਫ ਇਹ ਹੈ ਜੀ ਕਿ ਉਹ ਸਾਡੇ ਢਿੱਡਾਂ ਤੇ ਇਸ ਟਾਈਮ ਲੱਤ ਮਾਰ ਰਿਹਾ, ਸਾਡੀ ਰੋਜ਼ੀ ਰੋਟੀ ਖੋ ਰਿਹਾ, ਜੋ ਕਿ ਅਸੀਂ ਕਰੋਨਾ ਟਾਈਮ ਵੀ ਅਸੀਂ ਗਰੀਬ ਲੋਕਾਂ ਨੂੰ ਰਾਸ਼ਨ ਪਾਣੀ ਵੰਡਿਆ, ਅਸੀਂ ਆਪਣੀ ਪਰਵਾਹ ਨਹੀਂ ਕੀਤੀ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਆਪਦੇ ਘਰ ਦੀ ਪਰਵਾਹ ਨਹੀਂ ਕੀਤੀ, ਅਸੀਂ ਇੱਕ ਸੇਵਾ ਕੀਤੀ ਆ। ਅਸੀਂ ਉਹਦੇ ਕੋਲ ਪਹਿਲਾਂ ਵੀ ਸਾਡੇ ਵੱਡੇ ਵੀਰ ਹੁਣੀ ਕਹਿ ਕੇ ਹਟੇ ਨੇ, ਅਸੀਂ ਮੰਗ ਪੱਤਰ ਬਹੁਤ ਰੱਖਿਆ ਪਰ ਉਹਨੇ ਸਾਡੀ ਸੁਣੀ ਨਹੀਂ ਆ। ਸਾਡੇ 'ਤੇ ਖਰਚਾ ਬਹੁਤ ਪੈਂਦਾ, ਨਾ ਸਾਨੂੰ ਉਹ ਪੁੱਛਦਾ, ਨਾ ਸਾਨੂੰ ਉਹਨੇ ਸਾਨੂੰ ਬੁਲਾਇਆ, ਅਤੇ ਉਹਦੇ ਕਹਿੰਦੇ 'ਤੇ ਕੋਈ ਜੂ ਨਹੀਂ ਰਿਸਕ ਦੀ। ਚੌਂਕ ਅਸੀਂ ਅੱਜ ਨਹੀਂ ਰੋਕਿਆ ਜੀ, ਜਦੋਂ ਤੋਂ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਸੀ ਵੀ ਜਿਹੜੀ NFSA ਦੀ ਕਣਕ ਹੈ ਉਹਦਾ ਆਟਾ ਬਣਾ ਕੇ ਘਰ ਘਰ ਪਹੁੰਚਾਇਆ ਜਾਵੇਗਾ, ਉਸ ਦਿਨ ਤੋਂ ਹੈ, ਕਿਉਂਕਿ ਇਸ ਸਕੀਮ ਦੇ ਰਾਹੀਂ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਹੈ ਫੂਡ ਸਿਕਿਉਰਿਟੀ ਐਕਟ ਦੇ ਵਿੱਚੋਂ, ਸਾਨੂੰ ਇਸ ਸਿਲੇਬਸ ਦੇ ਵਿੱਚੋਂ ਡਿਪੂ ਹੋਲਡਰਾਂ ਨੂੰ ਬਾਹਰ ਕੱਢਿਆ ਜਾ ਰਿਹਾ। ਮਿਨਿਸਟਰਾਂ ਨਾਲ ਵੀ ਮੀਟਿੰਗ ਹੋ ਗਈ ਪਰ ਕੋਈ ਕਿਸੇ ਨੇ ਹੱਥ ਫੱਲਾ ਨਹੀਂ ਫੜਾਇਆ, ਇਸ ਕਰਕੇ ਅਖੀਰ ਤੰਗ ਹੋ ਕੇ ਡਿਪੂ ਹੋਲਡਰਾਂ ਨੂੰ ਅੱਜ ਸੜਕ ਦੇ ਉੱਤੇ ਉਤਰਨਾ ਪਿਆ ਅਤੇ ਅਸੀਂ ਅੱਜ ਆ ਕੇ ਇੱਥੇ ਜਿਹੜਾ ਹੈਗਾ ਚੱਕਾ ਜਾਮ ਕੀਤਾ ਹੈ। ਇਸ ਤੋਂ ਬਾਅਦ ਅਸੀਂ ਭਗਵੰਤ ਮਾਨ ਸਾਹਿਬ ਦੀ ਕੋਠੀ ਮੂਹਰੇ ਧਰਨੇ ਲਾਵਾਂਗੇ, ਪੱਕੇ ਮੋਰਚੇ ਲਾਵਾਂਗੇ, ਜਿੰਨਾ ਚਿਰ ਸਾਡੀ ਸਰਕਾਰ ਨੇ ਮੰਗ ਨਹੀਂ ਮੰਨੀ ਉਨਾ ਚਿਰ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਹੈਗਾ ਸਾਡਾ ਧਰਨਾ ਜਿਹੜਾ ਹੈਗਾ ਜਾਰੀ ਰਹੇਗਾ। ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਸਰਕਾਰ ਨੂੰ ਸਿਰਫ ਰਾਜਸਥਾਨ ਹਰਿਆਣਾ ਅਤੇ ਹਿਮਾਚਲ ਦੇ ਇਲੈਕਸ਼ਨ, ਹਰਿਆਣਾ ਹਿਮਾਚਲ ਅਤੇ ਗੁਜਰਾਤ ਦੇ ਇਲੈਕਸ਼ਨ ਦੀ ਪਈ ਹੈ, ਪੰਜਾਬ ਦੇ ਵਿੱਚ ਅੱਗ ਲੱਗੀ ਹੈ, ਪੰਜਾਬ ਦਾ ਹਰ ਵਰਗ ਦੁਖੀ ਹੈ, ਉਸ ਗੱਲ ਤੋਂ ਇਹਨਾਂ ਨੂੰ ਕੋਈ ਮਤਲਬ ਨਹੀਂ। ਅੱਗੇ ਵਧਦੇ ਹਾਂ। ਪੰਜਾਬ ਸਰਕਾਰ ਨੇ ਮੂੰਗੀ ਦੀ ਖਰੀਦ MSP ਤੇ ਕੀਤੇ ਜਾਣ ਦਾ ਫੈਸਲਾ ਲਿਆ, ਪਰ ਇਸ ਦੇ ਨਾਲ ਹੀ ਸਰਕਾਰ ਨੇ ਇੱਕ ਫੈਸਲਾ ਇਹ ਵੀ ਕੀਤਾ ਹੈ ਕਿ ਇਸ ਦੀ ਖਰੀਦ ਤੇ ਆੜ੍ਹਤੀਆਂ ਨੂੰ ਉਹਨਾਂ ਦੀ ਆੜ੍ਹਤ ਦਿੱਤੀ ਨਹੀਂ ਜਾਵੇਗੀ, ਅਤੇ ਸਰਕਾਰ ਦੇ ਇਸ ਫੈਸਲੇ ਦਾ ਆੜ੍ਹਤੀਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ। ਇਹਨਾਂ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਹੋਇਆਂ ਫੈਸਲਾ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਫਸਲ ਤੇ MSP ਦੇਣ ਦੇ ਫੈਸਲੇ ਦਾ ਭਾਵੇਂ ਕਿ ਸਵਾਗਤ ਹੋ ਰਿਹਾ ਹੈ, ਪਰ ਇਸ ਦੇ ਨਾਲ ਹੀ ਸਰਕਾਰ ਨੇ ਆੜ੍ਹਤੀਆਂ ਨੂੰ ਦਿੱਤੀ ਜਾਂਦੀ 2.5% ਆੜ੍ਹਤ ਖਤਮ ਕਰਨ ਦਾ ਵੀ ਫੈਸਲਾ ਲਿਆ, ਜਿਸ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ। ਪੰਜਾਬ ਦੀ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਸਰਕਾਰ ਦੇ ਇਸ ਫੈਸਲੇ ਤੋਂ ਖਾਸੀ ਨਾਰਾਜ਼ ਵਿਖਾਈ ਦੇ ਰਹੀ ਹੈ। ਫੈਡਰੇਸ਼ਨ ਦੇ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਸਰਕਾਰ ਦੇ ਫੈਸਲੇ ਖਿਲਾਫ ਜਗਰਾਓਂ ਮੰਡੀ ਬੰਦ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਉਹ 10 ਜੂਨ ਤੋਂ ਇਸੇ ਤਰ੍ਹਾਂ ਮੰਡੀਆਂ ਬੰਦ ਰੱਖ ਕੇ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣਗੇ। 20,000 ਕੋਲੋਂ 2.5% ਲੈਂਦੇ ਹੈ ਔਰ ਉਹਦੇ ਸਿਰ ਹੀ ਸਾਡਾ ਜੋ ਵੀ ਸਿਸਟਮ ਹੈ ਚੱਲਦਾ ਹੈ, ਔਰ ਸਾਡਾ ਪੰਜਾਬ ਦਾ ਜਿਹੜਾ ਮੰਡੀਕਰਨ ਐਕਟ ਹੈ ਉਹਦੇ ਵਿੱਚ ਵੀ ਜਿਹੜੀ ਧਾਰਾ ਹੈ ਉਹਦੇ ਵਿੱਚ ਸਿਰਫ ਆੜ੍ਹਤੀ ਦੇ ਥਰੂ ਹੀ ਹਰ ਜਿਣਸ ਵਿਕਣੀ ਚਾਹੀਦੀ ਹੈ ਔਰ ਉਹਦੀ ਆੜ੍ਹਤ ਖਰੀਦਦਾਰ ਕੋਲੋਂ ਆੜ੍ਹਤੀਆਂ ਨੂੰ 2.5% ਮਿਲਣੀ ਚਾਹੀਦੀ। ਹੁਣ ਇਸੇ ਵਿਰੋਧ 'ਚ ਅੱਜ ਫਿਰ ਮੰਡੀ ਬੰਦ ਕੀਤੀ ਹੈ ਜੀ? 10 ਤਰੀਕ ਤੱਕ ਅਸੀਂ ਧਰਨਾ ਦੇਵਾਂਗੇ, ਰੋਜ਼ 11 ਤੋਂ 12 ਵਜੇ ਤੱਕ, ਔਰ 10 ਤਰੀਕ ਤੋਂ 11 ਤਰੀਕ ਤੋਂ ਅਸੀਂ ਸੜਕਾਂ ਜਾਮ ਕਰਾਂਗੇ, ਰਸਤੇ ਰੋਕਾਂਗੇ, ਜੋ ਵੀ ਵੱਧ ਤੋਂ ਵੱਧ ਹੋਇਆ ਸੀ ਸਰਕਾਰ ਨੂੰ ਜਗਾਉਣ ਲਈ, ਉਹਨੂੰ ਚੁਕੰਨਾ ਕਰਨ ਲਈ ਅਸੀਂ ਹਰ ਤਰ੍ਹਾਂ ਦਾ ਉਹ ਸਟੈਪ ਚੁੱਕਾਂਗੇ ਜਿਹੜੇ ਸਰਕਾਰ ਨੂੰ ਪਤਾ ਲੱਗੇ ਵੀ ਅਸੀਂ ਇਹ ਕੰਮ ਕਿਉਂ ਕੀਤਾ। 2.5% ਆੜ੍ਹਤੀ ਦੀ ਆੜ੍ਹਤ ਫਿਕਸ ਕੀਤੀ ਗਈ ਹੈ ਔਰ ਸਾਡੀ ਮਜ਼ਦੂਰਾਂ ਦੀ ਮਜ਼ਦੂਰੀ ਉਹਦੇ ਨਾਲ ਫਿਕਸ ਕੀਤੀ ਗਈ ਹੈ, ਉਹ ਸਾਡੀ ਮਜ਼ਦੂਰੀ ਵੀ ਦਿੱਤੀ ਜਾਵੇ ਔਰ 2.5% ਜਿਹੜੀ ਹੈ ਆੜ੍ਹਤ ਆੜ੍ਹਤੀ ਨੂੰ ਦਿੱਤੀ ਜਾਵੇ। ਜਿਹੜੀ ਮੂੰਗੀ MSP ਦੇ ਵਿਕਣੀ ਆ ਸੁਸਾਇਟੀਆਂ ਰਾਹੀਂ ਕਹਿਤੀ ਹੈ, ਉਹ ਸੁਸਾਇਟੀਆਂ ਦਾ ਹੀ ਨਾ ਵਿਕੇ, ਉਹ ਆੜ੍ਹਤੀਆਂ ਦੇ ਰਾਹੀਂ ਜਿਵੇਂ ਕਣਕ ਝੋਨਾ ਵਿਕਦਾ ਇਸ ਤਰ੍ਹਾਂ ਵਿਕੇ ਤਾਂ ਕਿ ਆੜ੍ਹਤੀਆਂ ਦਾ ਰੁਜ਼ਗਾਰ ਵੀ ਚੱਲ ਜਾਵੇ, ਮੁਨੀਮ ਭਾਈਚਾਰੇ ਦਾ ਵੀ ਚੱਲ ਜਾਵੇ, ਸਾਡਾ ਮਜ਼ਦੂਰਾਂ ਦਾ ਵੀ ਚੱਲ ਜਾਵੇ।
उधर जगराओं आड़ती एसोसीएशन ने इस बंद तो खुद नूं वख कर लिया। एसोसीएशन के प्रधान कन्हैया बांका गुप्ता सने बाकी एसोसीएशन मैंबर का कहना है कि उन्होंने वालों इस मसले को लेकर विधायक सरबजीत माणुके की अगवाई च खजाना मंत्री चीमा नाल मुलाकात भी की है तो उन्होंने भरोसा दवाया कि छेती ही इस मसले का हल कढ लिया जाएगा। ਅਸੀਂ ਕੱਲ੍ਹ ਮਾਣਯੋਗ ਮੰਤਰੀ ਨੂੰ ਮਿਲ ਕੇ ਸਾਨੂੰ ਉਹਨਾਂ 'ਤੇ ਪੂਰਾ ਯਕੀਨ ਆ ਵੀ ਉਹ ਸਾਡਾ ਸਾਨੂੰ ਉਹਨਾਂ ਨੇ ਪੂਰਾ ਯਕੀਨ ਦਵਾਇਆ ਵੀ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਤੁਹਾਡੀ ਇਸ ਮਸਲੇ ਦਾ ਹੱਲ ਜ਼ਰੂਰ ਕੱਢਾਂਗੇ। ਉਹਨਾਂ ਨੇ ਆਪ ਮੰਨਿਆ ਵਿੱਤ ਮੰਤਰੀ ਹਰਪਾਲ ਜਮਾਈ ਨੇ ਵੀ ਇਹ ਬਹੁਤ ਵੱਡਾ ਇੱਕ ਮਸਲਾ, ਅਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਸੀ ਐਮ ਮਾਨ ਤੱਕ ਪਹੁੰਚਾ ਕੇ ਅਸੀਂ ਤੁਹਾਡੀ ਜਿਹੜੀ ਆੜਤ ਨੂੰ ਯਕੀਨੀ ਬਣਾਵਾਂਗੇ। ਦੂਜੇ ਪਾਸੇ ਇਸ ਮਸਲੇ 'ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਣਸ ਵਿਕਣੀ ਚਾਹੀਦੀ ਹੈ ਅਤੇ ਆੜਤੀਆਂ ਦੇ ਕਿਸਾਨਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਉਹ ਸਰਕਾਰ ਦਾ ਆੜਤੀਆਂ ਨਾਲ ਇਹ ਧੱਕਾ ਬਰਦਾਸ਼ਤ ਨਹੀਂ ਕਰਨਗੇ ਤੇ ਜੇ ਲੋੜ ਪਈ ਤਾਂ ਉਹ ਆੜਤੀਆਂ ਦੇ ਸੰਘਰਸ਼ 'ਚ ਵੀ ਸ਼ਾਮਲ ਹੋਣਗੇ। ਮਤਲਬ ਕਿਸਾਨ ਪਹਿਲੇ ਟੁੱਟ ਚੁੱਕੇ ਆ, ਆਲੂ ਮਾਰ ਕੇ ਸਾਡੇ ਕਣਕ ਦਾ ਝਾੜ ਆ ਜਿਹੜਾ 10 ਕੁਇੰਟਲ ਤੱਕ ਘੱਟ ਨਿਕਲਿਆ ਵਾ ਤੇ ਉਹ ਕਿਸਾਨ ਆ ਤੇ ਇਹ ਜੇ ਮੌਕੇ ਜਦੋਂ ਆਪਣੇ 'ਤੇ ਕੋਈ ਐਮਰਜੈਂਸੀ ਪੈਂਦੀ ਆ ਉਦੋਂ ਆੜਤ ਕੇ ਸਾਡੇ ਕਿਸਾਨਾਂ ਦਾ ਸਾਥ ਦਿੰਦੇ ਹੁੰਦੇ ਆ, ਐਕੀ ਵੇਦਨ ਨੇ ਦਿੱਤਾ ਵਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨੂੰ ਕਿਸੇ ਹਿਸਾਬ ਕਿਤਾਬ ਦੇ ਨਾਲ ਜਾਂ ਤਾਂ ਆੜਤੀਆਂ ਦੇ ਨਾਲ ਬੈਠ ਕੇ ਗੱਲ ਕਰ ਲਵੇ ਸਰਕਾਰ ਵੀ ਸਾਡੀ ਮੂੰਗੀ ਵਿਕਣੀ ਚਾਹੀਦੀ ਆ। ਠੀਕ ਹੈ, ਸਾਡੀ ਮੰਗ ਇਹੀ ਆ ਵੀ ਮੂੰਗੀ ਜਿਹੜਾ ਰੇਟ ਇਹਨਾਂ ਨੇ ਮਿਥਿਆ ਹੋਇਆ ਵਾ ਉਸ 'ਤੇ ਵਿਕਣੀ ਚਾਹੀਦੀ ਆ, ਕਿਸਾਨ ਦੀ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ। ਆੜਤ ਕੱਟੇ ਜਾਣ ਨੂੰ ਲੈ ਕੇ ਜਿੱਥੇ ਆੜਤੀਆਂ ਨੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਉੱਥੇ ਹੀ ਹੁਣ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਖਜ਼ਾਨਾ ਮੰਤਰੀ ਨੇ ਆੜਤੀ ਐਸੋਸੀਏਸ਼ਨ ਨੂੰ ਮਸਲੇ ਦੇ ਹੱਲ ਦਾ ਜੋ ਭਰੋਸਾ ਦਿੱਤਾ ਹੈ ਉਸ ਨੂੰ ਕਦੋਂ ਬੂਰ ਪਵੇਗਾ। ਜਗਰਾਓ ਤੋਂ ਹੇਮਰਾਜ ਬੱਬਰ ਦੇ ਨਾਲ ਪੀਟੀਸੀ ਨਿਊਜ਼। अगे वधदियां तेजी नाल वध रहे डिजिटल युग कारण आए दिन ऑनलाइन ठगी दियां वारदातां दिन ब दिन वधदियां जा रही हैं। खबर आई है मलेरकोटला तो जिथे एक फ्रॉड ग्रुप हिरासत विच लै लिता गया है। तुहानूं दस दईए कि दरअसल साबका फौजी दे वल्लों एक शिकायत दर्ज की गई सी, उस तों बाद एक गिरोह नूं उसका पर्दाफाश कर दिता गया है मलेरकोटला पुलिस दे वल्लों। दरअसल शिकायत यह दर्ज की गई सी कि दरअसल ये सारे महिलावां दे नाल ही कुछ नौजवान शिकायत दर्ज कराते सन, पहला कुछ लोगों के नाल फोन से संपर्क करते सन, उन्होंने चांसा दे के किसी खाली सुनसान जगह पर बुला के उन्हां तो समान चोरी करके फरार हो जाते सन। साबका फौजी का इल्जाम है कि उस दे नाल भी अजिही घटना के नाल अंजाम दिता गया, उस तो पहला खाली जगह उत्ते बुलाया गया, उस तो बाद उसके कोलों एक मोटरसाइकिल उसका फोन ते नकदी लैके ये सारिया औरतों ते नौजवान लुटेरे फरार हो चुके हैं। हालांकि पुलिस का यह कहना है कि इस गिरोह का पर्दाफाश किया जा चुका है, अगे भी आने वाले समय के कई होर खुलासे होने की उम्मीद दसी जा रही है। इन्होंने एक एक्सरसमैन हैगा वो नाल फोन पर रफ्ता कैम होया आपस में तो उन्होंने अपनी दसी हुई जगह पर बुला लिया। बुलाने तो बाद इन्होंने जो भी वो कीमती समान से वह मोटरसाइकिल से या होर से समान सारा वो स्नैच कर लिया तो उन्होंने भजाता उतों। परचा दर्ज करने तो बाद इन्वेस्टिगेशन दरमियान फिर ट्रेस करने के उत्ते इन्हों का पता लगा भी कौन कौन ने, फिर उस तो बाद तीन महिलावान एक लड़का जेंट्स अरैसट किया गया, एक अरैसट करना अजे बाकी है और इसकी इन्वेस्टिगेशन दरमियान इन्ह तो यह वजह पूछगिछ की जा रही है भी इन्होंने होर इस तरह दिन ठगियां मारियां या कितने कितने मारियां। वेला इत्थे ब्रेक दा, जल्द हाजिर हुंदे आं।